ਪਟਿਆਲਾ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣ ਵਾਲਿਆਂ ਵੱਲੋਂ ਉਸ ਸਮੇਂ ਹੰਗਾਮਾ ਕੀਤਾ ਜਾਣ ਲੱਗਾ ਜਦੋਂ ਇੰਪਰੂਵਮੈਂਟ ਟਰੱਸਟ ਵੱਲੋਂ ਸਬਜ਼ੀ ਮੰਡੀ ਦੀ ਇੱਕ ਸਾਈਡ ਤੇ ਕੰਧ ਕਰਨ ਦੀ ਗੱਲ ਕੀਤੀ ਗਈ। ਇਸ ਦੇ ਵਿਰੋਧ ਵਿੱਚ ਸਬਜ਼ੀ ਵੇਚਣ ਵਾਲਿਆਂ ਨੇ ਹੰਗਾਮਾ ਕਰ ਦਿੱਤਾ। ਉਹਨਾਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਉਹ ਇਸ ਜਗ੍ਹਾ ਤੇ ਪਿਛਲੇ ਲੰਬੇ ਸਮੇਂ ਤੋਂ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਕੰਧ ਕੱਢ ਕੇ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਉਹਨਾਂ ਦੇ ਨਾਲ ਸਰਾਸਰ ਧੱਕਾ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਦੀਵਾਰ ਬਣਦੀ ਹੈ ਤਾਂ ਬਹੁਤ ਸਬਜ਼ੀ ਵੇਚਣ ਵਾਲੇ ਸੜਕਾਂ ਤੇ ਆ ਜਾਣਗੇ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਦਾ ਵੀ ਘਿਰਾਓ ਕਰਨਗੇ। ਇਸ ਸਬੰਧ ਵਿੱਚ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਮੰਡੀ ਕੰਮ ਕਰ ਰਹੇ ਬੈਠੇ ਹੈ, ਇੱਥੇ ਪ੍ਰਸ਼ਾਸਨ ਸਾਡੇ ਕੰਧ ਕਰ ਰਿਹਾ, ਕਿਉਂ ਕਰ ਰਿਹਾ, ਕੀ ਕਾਰਨ ਹੈ? ਸਾਨੂੰ ਇੱਥੇ ਬੈਠਣ ਨੂੰ ਅੱਜ 25-30 ਸਾਲ ਹੋ ਗਏ, ਨਾ ਅਕਾਲੀ ਸਰਕਾਰ ਨੇ ਉਠਾਇਆ, ਨਾ ਕਿਸੇ ਹੋਰ ਨੇ ਗਿਆ। ਅੱਜ ਕਾਂਗਰਸ ਸਰਕਾਰ ਆਈ ਹੈ, ਸਾਨੂੰ ਕਹਿੰਦੇ ਉਹਨੇ ਦੁਆਰ ਕਰਾਂਗੇ, ਤੁਹਾਡੀ ਫੜੀਆਂ ਚੁਕਾਈ ਜਾਵਾਂਗੇ। ਸਾਨੂੰ ਇਸੀ ਕਰਕੇ ਅਸੀਂ ਕਹਿੰਦੇ ਦੁਆਰ ਚੱਕੋ, ਜੋ ਸੂਲ ਬਣਦਾ ਹੈ ਕੰਧ ਤੋਂ ਪਿੱਛੇ ਹੋ ਕੇ ਸੜਕ ਤੋਂ 15-20 ਫੁੱਟ ਚੜ ਕੇ, ਪਰ ਇਹ ਇੱਥੇ ਸੜਕ 'ਤੇ ਕਰ ਰਿਹਾ ਕੰਧ ਅਸੀਂ ਨਹੀਂ ਚੜਨ ਦੇਵਾਂਗੇ। ਅਸੀਂ ਘੱਟੋ ਘੱਟ 500-600 ਬੰਦਾ ਫੜੀ ਦੇ, ਅਸੀਂ ਬੇਰੁਜ਼ਗਾਰ ਹੋ ਜਾਵਾਂਗੇ। ਇਸ ਟਾਈਮ ਅਸੀਂ ਅੰਦੋਲਨ ਕਰਾਂਗੇ, ਆਪਣਾ ਜਾਮ ਕਰਾਂਗੇ, ਚੱਕਾ ਸਾਰਾ ਕੁਛ ਕਰਾਂਗੇ।